ਉਸ ਜਥੇ ਦਾ ਮੁਖੀ ਭਾਈ ਲਹਿਣਾ ਜੀ ਨੂੰ ਥਾਪਿਆ ਗਿਆ। ਪਰ ਜਦੋਂ ਆਪਣੇ ਪਾਲਣ ਵਾਲੇ ਪਿਤਾ ਦਾ, ਪਿਆਰ ਕਰਨ ਵਾਲੇ ਪਿਤਾ ਦਾ ਸਰੀਰ ਆਪਣੇ ਹੱਥਾਂ ਨਾਲ ਭਾਈ ਲਹਿਣਾ ਜੀ ਨੇ ਅੱਗ ਵਿੱਚ ਰੱਖਿਆ, ਚਿਖਾ ਵਿੱਚ ਰੱਖਿਆ ਅਤੇ ਅੱਗ ਜਲਾਈ, ਹਿਰਦੇ ਵਿੱਚ ਇਹ ਗੱਲ ਘਰ ਘਰ ਗਈ ਕਿ ਰਹਿਣ ਵਾਲਾ ਇੱਥੇ ਕੋਈ ਨਹੀਂ। ਇਹ ਅਸਲੀਅਤ ਹੈ ਸੰਸਾਰ ਦੀ। ਕਿਤਨੇ ਮਹਾਂਬੋਲ ਨੇ ਸਤਿਗੁਰੂ ਜੀ ਦੇ, ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਪੁਰਖਾ ਸੰਸਾਰ 'ਤੇ ਰਹਿਣ ਵਾਲਾ ਕੋਈ ਨਹੀਂ, ਇਹ ਵਿਚਾਰ ਘਰ ਘਰ ਗਿਆ ਭਾਈ ਲਹਿਣਾ ਜੀ ਦੇ ਮਨ ਵਿੱਚ। ਹੁਣ ਦੁਕਾਨ 'ਤੇ ਬੈਠਦੇ ਨੇ, ਮਨ ਪਹਿਲਾਂ ਦੀ ਤਰ੍ਹਾਂ ਲੱਗਦਾ ਨਹੀਂ, ਮਨ ਵਿੱਚ ਉਦਾਸੀ ਬਣੀ ਰਹਿੰਦੀ ਹੈ। ਬੜੀ ਦਫ਼ਾ ਪਿਤਾ ਨੂੰ ਯਾਦ ਕਰਕੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ। ਬਾਬਾ ਫਰੀਦ ਵੀ ਇਹ ਆਵਾਜ਼ ਦਿੰਦੇ ਹੋਏ ਕਹਿੰਦੇ ਨੇ, ਫਰੀਦਾ ਕਿੱਥੇ ਗਏ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਆ ਹੋਇਆ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੇਰੀ ਉਂਗਲ ਪਕੜ ਕੇ ਪਾਠਸ਼ਾਲਾ ਲੈ ਜਾਂਦੇ ਰਹੇ, ਤੈਨੂੰ ਆਪਣੀ ਗੋਦੀ ਵਿੱਚ ਪਾਲਦੇ ਰਹੇ, ਸੰਭਾਲਦੇ ਰਹੇ, ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਆਪਣੇ ਹੱਥਾਂ ਨਾਲ ਤੂੰ ਉਹਨਾਂ ਨੂੰ ਚਿਖਾ ਵਿੱਚ ਪਾ ਆਇਆ, ਕਬਰ ਵਿੱਚ ਪਾ ਆਇਆ, ਉਹਨਾਂ ਦਾ ਅੰਤਿਮ ਸੰਸਕਾਰ ਕਰ ਆਇਆ ਹੈ, ਪਰ ਤੂੰ ਹਾਲੇ ਵੀ ਭਤੀਜਿਆ ਨਹੀਂ, ਤੈਨੂੰ ਸਮਝ ਨਹੀਂ ਆਈ, ਤੂੰ ਮੰਨਿਆ ਨਹੀਂ ਹੈ ਕਿ ਸੰਸਾਰ ਤੋਂ ਰੁਖਸਤ ਹੋ ਜਾਣਾ ਹੈ। ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ, ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਨਿਰਮਲ ਆਤਮਾ, ਗਿਆਨੀ ਸੰਤ ਸਿੰਘ ਜੀ ਮਸਕੀਨ ਜੀਆਂ ਦਾ ਇੱਕ ਬਚਨ ਬਾਰ ਬਾਰ ਮੇਰੇ ਖਿਆਲ ਵਿੱਚ ਆ ਜਾਂਦਾ, ਉਹ ਸਾਰੇ ਜਗਤ 'ਤੇ ਇਹ ਹੋਕਾ ਦਿੰਦੇ ਰਹੇ ਕਿ ਜਿਨ੍ਹਾਂ ਨੂੰ ਆਪਣਾ ਅੰਤ ਯਾਦ ਆ ਜਾਂਦਾ, ਉਹਨਾਂ ਨੂੰ ਜਿਸ ਦਾ ਕਦੀ ਅੰਤ ਨਹੀਂ ਹੁੰਦਾ ਉਹ ਬੇਅੰਤ ਯਾਦ ਆ ਜਾਂਦਾ, ਜਿਨ੍ਹਾਂ ਨੂੰ ਆਪਣਾ ਕਾਲ ਚੇਤੇ ਆ ਜਾਂਦਾ ਨਾ, ਉਹਨਾਂ ਦੀ ਯਾਦ ਵਿੱਚ ਅਕਾਲ ਪੁਰਖ ਆ ਵੱਸਦਾ ਹੈ। ਇਸ ਲਈ ਤਾਂ ਉਹਨਾਂ ਮਹਾਂਰਿਸ਼ੀਆਂ ਨੇ ਕਹਿ ਦਿੱਤਾ ਸੀ ਵਾਲਮੀਕ ਨੂੰ, ਇਹ ਦੋ ਵਾਲਮੀਕ ਹੋਏ, ਇੱਕ ਡਾਕੂ ਵਾਲਮੀਕ ਅਤੇ ਇੱਕ ਮਹਾਂਰਿਸ਼ੀ ਵਾਲਮੀਕ। ਕਈ ਵਾਰੀ ਥੋੜ੍ਹਾ ਸੱਜਣ ਰਲ ਗੱਡ ਕਰ ਜਾਂਦੇ ਨੇ ਅਤੇ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਜਾਂਦੇ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਵਿਚਾਰ ਕੇ ਦੇਖੀਏ ਤਾਂ ਵਾਲਮੀਕ ਨੂੰ ਇਹੀ ਚੇਤਾ ਕਰਾਇਆ ਗਿਆ ਕਿ ਪਾਪ ਤੋਂ ਬਚਣ ਦਾ ਹੋਰ ਕੋਈ ਕਾਰਨ ਨਹੀਂ ਹੈ, ਜਗਨਤਾ ਤੋਂ ਬਚਣ ਦਾ ਹੋਰ ਕੋਈ ਕਾਰਨ ਨਹੀਂ ਹੈ, ਕੋਈ ਇਲਾਜ ਨਹੀਂ ਹੈ, ਬਸ ਇਹੀ ਇਲਾਜ ਹੈ ਕਿ ਮੌਤ ਨੂੰ ਯਾਦ ਕਰ, ਆਪਣੇ ਅੰਤ ਨੂੰ ਯਾਦ ਕਰ। ਬਾਰ ਬਾਰ ਮੇਰੇ ਸਾਹਿਬ ਦੁਹਰਾਉਂਦੇ ਨੇ, ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ। ਅੰਤ ਨੂੰ ਯਾਦ ਕਰਕੇ ਬੇਅੰਤ ਨਾਲ ਨਾਤਾ ਜੋੜ, ਔਰ ਐਸੀ ਅਵਸਥਾ ਬਣ ਜਾਂਦੀ ਜਦੋਂ ਮੌਤ ਸਾਹਮਣੇ ਦਿਖਾਈ ਪੈਣ ਲੱਗ ਪਵੇ।
ਮੌਤ ਯਾਦ ਆਵੇਗੀ ਤੇ ਮੌਤ ਤੋਂ ਅੱਗੇ ਕੀ ਹੈ ਜਿਸ ਦੀ ਕਦੀ ਮੌਤ ਨਹੀਂ ਹੁੰਦੀ। ਅੰਤ ਯਾਦ ਆਵੇਗਾ ਆਪਣਾ ਤੇ ਅੰਤ ਤੋਂ ਅੱਗੇ ਕੀ ਹੈ ਬੇਅੰਤ, ਜਿਸ ਦਾ ਕਦੀ ਅੰਤ ਨਹੀਂ ਹੁੰਦਾ, ਜੋ ਮਰਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਉਸ ਦੀ ਕਦੀ ਮੌਤ ਨਹੀਂ ਆਉਂਦੀ, ਯਾਦ ਆ ਜਾਵੇਗਾ। ਮੌਤ ਦਾ ਖਿਆਲ ਮਨੁੱਖ ਦੇ ਮਨ ਨੂੰ ਉਦਾਸ ਕਰਦਾ ਹੈ, ਮਨ ਨੂੰ ਪਰਮ ਸੰਸਾਰ ਤੋਂ ਉਪਰਾਮ ਕਰਦਾ ਹੈ। ਭਾਈ ਲਹਿਣਾ ਜੀ ਦਾ ਹਿਰਦਾ ਵੀ ਬੜਾ ਉਪਰਾਮ ਰਹਿਣ ਲੱਗ ਪਿਆ। ਦੁਕਾਨ 'ਤੇ ਬੈਠਦੇ ਨੇ, ਮਨ ਨਹੀਂ ਲੱਗਦਾ। ਬਾਪੂ ਜੀ ਦੀ ਯਾਦ ਬਾਰ ਬਾਰ ਆ ਜਾਂਦੀ ਹੈ, ਕੋਈ ਕੁਛ ਆਖੇ ਮਨ ਉੱਧਰ ਜਾਂਦਾ ਹੀ ਨਹੀਂ ਹੈ। ਇੱਕ ਦਿਨ ਇੱਕ ਗੁਰਮੁਖ ਪਿਆਰਾ ਹਿਰਦਾ, ਗੁਰੂ ਨਾਨਕ ਨਾਲ ਜੁੜਿਆ ਹੋਇਆ ਹਿਰਦਾ, ਜਿਨ੍ਹਾਂ ਦਾ ਨਾਮ ਭਾਈ ਜੋਧ ਹੈ, ਉਹ ਸਾਹਿਬ ਦੀ ਬਾਣੀ ਪੜ੍ਹਦੇ ਪੜ੍ਹਦੇ ਆ ਰਹੇ ਸਨ ਅਤੇ ਉਹਨਾਂ ਦੀ ਜ਼ਬਾਨ 'ਤੇ ਪੰਗਤੀਆਂ ਇਹ ਸਨ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਉਣ ਉਹ ਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਭਾਈ ਜੋਤ ਜੀ ਦਾ ਕੰਠ ਵੀ ਭਰਿਆ ਹੋਇਆ ਸੀ, ਭਾਈ ਲਹਿਣਾ ਜੀ ਦੀ ਵੀ ਚੀਖ ਨਿਕਲ ਗਈ ਇਹ ਬੋਲਾਂ ਨੂੰ ਸੁਣ ਕੇ, ਪਰ ਇਹ ਬੋਲ ਬੜੇ ਧੀਰਜ ਵਾਲੇ, ਆਨੰਦ ਦੇਣ ਵਾਲੇ ਵੀ ਸਨ, ਮਨ ਨੂੰ ਟਿਕਾਓ ਦੇਣ ਵਾਲੇ ਸਨ। ਹੱਥ ਜੋੜ ਕੇ ਕਹਿਣ ਲੱਗੇ, ਭਾਈ ਜੀ ਇਹ ਬੋਲ ਕਿਸ ਦੇ ਬੋਲ ਨੇ, ਕੌਣ ਇਹ ਬੋਲ ਤੁਹਾਨੂੰ ਦੇ ਰਿਹਾ ਹੈ, ਇਹ ਬੋਲ ਕਿਸਨੇ ਲਿਖੇ ਹਨ? ਅਤੇ ਭਾਈ ਜੋਧ ਕਹਿਣ ਲੱਗੇ, ਬੋਲ ਗੁਰੂ ਨਾਨਕ ਦੇਵ ਜੀ ਦੇ ਬੋਲ ਨੇ। ਬੜੀ ਮਿਹਰਮਤ ਕੀਤੀ ਹੈ ਜਗਤ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪਰਮਾਤਮਾ ਦੀ ਆਵਾਜ਼ ਜਗਤ ਨੂੰ ਸਰਵਣ ਕਰਾਈ ਔਰ ਪ੍ਰੇਮ ਤੌਹੀਦ ਦੀ ਗੱਲ ਜਗਤ ਨਾਲ ਸਾਂਝੀ ਕੀਤੀ। ਬੜੇ ਸੋਹਣੇ ਦੋ ਬੋਲ ਨੇ ਅਲਾਮਾ ਇਕਬਾਲ ਦੇ, ਉਹ ਕਹਿੰਦੇ ਨੇ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਮਹਿਰਮਤਮਈ ਬਰਕਤਮਈ ਦਾਤ ਲੈ ਕੇ ਗੁਰੂ ਨਾਨਕ ਸੰਸਾਰ 'ਤੇ ਪਹੁੰਚੇ ਹਨ। ਆਖਿਆ ਮੈਂ ਗੁਰੂ ਨਾਨਕ ਨੂੰ ਮਿਲਣਾ ਹੈ, ਕਿੱਥੇ ਮਿਲਣਗੇ? ਭਾਈ ਜੋਧ ਜੀ ਨੇ ਦੱਸਿਆ ਕਿ ਉਹ ਕਰਤਾਰਪੁਰ ਨਿਵਾਸ ਰੱਖਦੇ ਹਨ, ਉਹਨਾਂ ਦਾ ਨਿਵਾਸ ਉੱਥੇ ਹੈਗਾ। ਭਾਈ ਜੀ ਨੇ ਸੋਚਿਆ ਹੁਣੇ ਦੋ ਚਾਰ ਦਸ ਦਿਨਾਂ ਬਾਅਦ ਮੈਂ ਦੇਵੀ ਦਾ ਸੰਗ ਲੈ ਕੇ ਜਾਣਾ ਹੈ ਅਤੇ ਲੰਘਣਾ ਕਰਤਾਰਪੁਰ ਤੋਂ ਹੀ ਹੈ ਅਤੇ ਜਾਂਦਾ ਹੋਇਆ ਦੀਦਾਰ ਜ਼ਰੂਰ ਕਰ ਜਾਵਾਂਗਾ। ਫਿਰ ਤੁਸੀਂ ਦੇਖ ਲਓ ਗੁਰੂ ਦੀ ਇਤਨੀ ਬਖਸ਼ਿਸ਼ ਹੋਈ, ਇਤਨੀ ਮਹਿਰਾਮਤ ਹੋਈ, ਗੁਰੂ ਦੇ ਨਾਲ ਜੁੜ ਗਏ, ਨਾਮ ਨਾਲ ਜੁੜ ਗਏ। ਜ਼ਿਆਦਾ ਸਮਾਂ ਨਹੀਂ ਲੱਗਿਆ, 7 ਸਾਲ ਲੱਗੇ ਜ਼ਿੰਦਗੀ ਦੇ। 7 ਸਾਲ ਸਿਮਰਨ ਚੱਲਦਾ ਰਿਹਾ, ਸੇਵਾ ਚੱਲਦੀ ਰਹੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਫਲ ਵਜੋਂ ਭਾਈ ਲਹਿਣਾ ਜੀ ਦੇ ਸਾਹਮਣੇ ਆਪਣਾ ਸਿੰਘਾਸਨ ਰੱਖ ਦਿੱਤਾ। ਆਖਿਆ ਅਹੋ ਵੇ ਲਹਿਣਿਆ,
ਤੂੰ ਜ਼ਿੰਦਗੀ ਸਗਲੀ ਅਸਾਂ ਕੋ ਮੱਥਾ ਟੇਕਦਾ ਰਹੇ ਹੈ। ਇਹ ਜਨਮ ਸਾਖੀ ਦੇ ਬੋਲ ਨੇ। ਆ ਸਾਡਾ ਮਨ ਪਿਆ ਕਰੇ ਜੋ ਤੁਸਾਂ ਕੋ ਮੱਥਾ ਟੇਕੀ ਹੈ। ਔਰ ਕੇਵਲ ਸਾਹਿਬ ਜੀਆਂ ਨੇ ਆਖਿਆ ਹੀ ਨਹੀਂ ਹੈ, ਬਲਕਿ ਸਾਰੇ ਬ੍ਰਹਿਮੰਡ ਦੇ ਦੇਖਦਿਆਂ ਹੋਇਆਂ ਗੁਰੂ ਬਾਬੇ ਨੇ ਆਪਣਾ ਸੀਸ ਆਪਣੇ ਸੇਵਕ ਦੇ ਚਰਨਾਂ 'ਤੇ ਰੱਖ ਦਿੱਤਾ। ਔਰ ਅਵਸਥਾ ਜਿਹੀ ਬਣ ਗਈ, ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਗੁਰੂ ਨਾਨਕ ਲੈਣਾ ਹੋ ਗਏ ਅਤੇ ਲੈਣਾ ਅੰਗੇ ਖੁਦ ਅੰਗੇ ਖੁਦਾ ਗੁਰੂ ਨਾਨਕ ਹੋ ਗਏ। ਜ਼ਰਾ ਫਰਕ ਨਾ ਰਹਿ ਗਿਆ, ਪਰ ਇਹ ਖੇਡ ਤਾਂ ਹੀ ਵਰਤੀ ਹੈ, ਗੁਰੂ ਨਾਨਕ ਨਾਲ ਨੇੜਤਾ ਤਾਂ ਹੀ ਬਣੀ ਹੈ, ਆਪਣੇ ਪਿਤਾ ਦੇ ਜਾਣ ਦਾ ਸਦਮਾ ਇਸ ਗੱਲ ਨੂੰ ਸਾਹਮਣੇ ਲੈ ਆਇਆ ਕਿ ਮੈਂ ਵੀ ਸੰਸਾਰ ਤੋਂ ਚਲੇ ਜਾਣ। ਮਹਾਤਮਾ ਬੁੱਧ ਨੇ ਇੱਕ ਮੁਰਦਾ ਹੀ ਦੇਖਿਆ ਸੀ ਰਸਤੇ ਵਿੱਚ ਜਾਂਦਾ ਹੋਇਆ। ਸਿਧਾਰਥ ਨੇ ਮੁਰਦਾ ਦੇਖਿਆ ਜਾਂਦਾ ਹੋਇਆ, ਲੋਕ ਚੁੱਕ ਕੇ ਲੈ ਜਾ ਰਹੇ ਸਨ। ਆਪਣੇ ਸੰਗੀ ਰਥਵਾਨ ਨੂੰ ਪੁੱਛਿਆ ਇਹ ਕੀ ਜਾਂਦਾ ਪਿਆ ਹੈ, ਆਖਿਆ ਇਹ ਕੋਈ ਪ੍ਰਾਣੀ ਫੌਤ ਹੋ ਗਿਆ, ਇਸ ਦਾ ਸਰੀਰ ਬਿਣਸ ਗਿਆ ਹੈ, ਇਸ ਨੂੰ ਅੱਗ ਵਿੱਚ ਸਾੜਨ ਵਾਸਤੇ ਲੈ ਜਾ ਰਹੇ ਨੇ, ਜਾਂ ਦਰਿਆ ਬੁਰਦਾ ਕਰ ਦੇਵਣਗੇ ਅਤੇ ਜਾਂ ਗੋਰ ਵਿੱਚ ਪਾ ਦੇਵਣਗੇ। ਸਿਧਾਰਥ ਦਾ ਮਨ ਉਦਾਸੀ ਨਾਲ ਭਰ ਗਿਆ ਸੀ, ਆਖਿਆ ਹੈ ਇਸ ਤਰ੍ਹਾਂ ਵੀ ਹੁੰਦਾ, ਲੋਕ ਮਰ ਵੀ ਜਾਂਦੇ ਨੇ। ਉਹ ਕਹਿਣ ਲੱਗਾ ਹਾਂ ਰਾਜਕੁਮਾਰ, ਸਾਰੇ ਹੀ ਮਰ ਜਾਂਦੇ, ਤੁਹਾਡਾ ਦਾਦਾ ਮਰ ਗਿਆ ਹੈ, ਪਿਤਾ ਵੀ ਚਲਾ ਜਾਵੇਗਾ, ਇੱਕ ਦਿਨ ਆਪ ਵੀ ਚਲੇ ਜਾਓਗੇ, ਇਸ ਸੰਸਾਰ 'ਤੇ ਰਹਿੰਦਾ ਕੋਈ ਨਹੀਂ, ਜੋ ਉਪਜਿਓ ਸੋ ਬਿਨਸ ਹੈ, ਸਾਹਿਬ ਜੀ ਦੇ ਬਚਨ। ਮਨ ਉਦਾਸੀ ਨਾਲ ਭਰ ਗਿਆ। ਜਿਨ੍ਹਾਂ ਨੇ ਸਮਝ ਲੈਣੀ ਆਉਂਦੀ ਹੈ ਨਾ ਲੈ ਲੈਂਦੇ। ਮਹਾਤਮਾ ਬੁੱਧ ਨੇ ਇੱਕ ਵਾਰੀ ਮੁਰਦਾ ਦੇਖਿਆ ਅਤੇ ਮਨ ਬੈਰਾਗ ਨਾਲ ਭਰ ਗਿਆ, ਸਮਝ ਆ ਗਈ ਜੀਵਨ 4 ਦਿਨਾਂ ਦਾ ਹੀ ਹੈ, ਜ਼ਿਆਦਾ ਲੰਬਾ ਨਹੀਂ ਹੈ, ਪਰ ਅਸੀਂ ਤਾਂ ਬੜਿਆਂ ਸਹਿਯੋਗੀਆਂ ਨੂੰ ਸੰਬੰਧੀਆਂ ਨੂੰ ਆਪਣੇ ਪ੍ਰਾਣਾਂ ਤੋਂ ਪਿਆਰੇ ਰਿਸ਼ਤੇਦਾਰਾਂ ਨੂੰ ਆਪਣੇ ਹੱਥਾਂ ਨਾਲ ਚਿਖਾ ਵਿੱਚ ਰੱਖ ਕੇ ਆ ਗਏ ਹਾਂ, ਪਰ ਮਜ਼ਾਲ ਹੈ ਕਦੀ ਮਨ ਨੇ ਮਹਿਸੂਸ ਕੀਤਾ ਹੋਵੇ ਕਿ ਮੈਂ ਵੀ ਜਾਣਾ। ਮੇਰੇ ਸਾਹਿਬ ਨੇ ਅਲੰਕਾਰ ਇਸ ਤਰ੍ਹਾਂ ਦਾ ਵਰਤਿਆ, ਤਾਂ ਮੈਂ ਵਿਚਾਰ ਆਪ ਜੀ ਦੇ ਨਜ਼ਰ ਕਰਦਾ ਪਿਆ। ਮੁੰਦ ਨਵੇਂ ਲੜੀਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ। ਜਦੋਂ ਜੀਵ ਰੂਪੀ ਇਸਤਰੀ ਨੇ ਆਪਣੇ ਪਾਪਾਂ ਦੀ ਮਟਕੀ ਲਾਹਣ ਵਾਸਤੇ ਕਰਤਾ ਪੁਰਖ ਦੇ ਨਾਮ ਨਾਲ ਧਿਆਨ ਜੋੜਿਆ ਅਤੇ ਨਾਮ ਦੀ ਬਰਕਤ ਨਾਲ ਪਾਪਾਂ ਦਾ ਸਾਰਾ ਬੋਝ ਲੈ ਗਿਆ, ਲਿਵ ਲਾਏ ਹਰ ਸਿਉਂ ਰਹੀ ਗੋਇਲ, ਸਹਿਜ ਸ਼ਬਦ ਸਿੰਗਾਰੀ ਆ। ਬੜੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ। ਐਸੀ ਖੇਡ ਬਣਦੀ ਹੈ ਜਿਹੜੀ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰੀਤ ਜੋੜ ਕੇ ਇਸ ਜਗਤ ਵਿੱਚ ਜੀਵਨ ਬਿਤਾਉਂਦੀ ਹੈ। ਸਾਹਿਬ ਕਹਿੰਦੇ ਨੇ ਉਹ ਜੀਵ ਰੂਪੀ ਇਸਤਰੀ ਆਤਮਕ ਅਡੋਲਤਾ ਵਿੱਚ ਟਿਕ ਕੇ
ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ, ਉਹਦਾ ਜੀਵਨ ਸ਼ਿੰਗਾਰਿਆ ਹੋਇਆ ਬਣ ਜਾਂਦਾ। ਲਿਵਲਾਏ ਹਰ ਸਿਉਂ ਰਹੀ ਗੋਇਲ, ਸਹਿਜ ਸ਼ਬਦ ਸ਼ਿੰਗਾਰੀਆ, ਕਰ ਜੋੜ ਗੁਰ ਪੈ ਕਰ ਬੇਨੰਤੀ, ਮਿਲਹੋ ਸਾਚ ਪਿਆਰੀ। ਮੇਰੇ ਸਾਹਿਬ ਨੇ ਬੜੇ ਮਹਾਂਬੋਲ ਆਖੇ ਨੇ, ਕਹਿੰਦੇ ਨੇ ਫਿਰ ਉਸਦਾ ਜੀਵਨ ਇਹ ਬਣ ਜਾਂਦਾ, ਉਹ ਸਦਾ ਆਪਣੇ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦਾ ਰਹਿੰਦਾ, ਪ੍ਰਾਰਥਨਾ ਕਰਦਾ ਰਹਿੰਦਾ ਕਿ ਹੇ ਗੁਰੂ ਪਿਤਾ ਮੈਨੂੰ ਮਿਲ, ਤਾਂ ਕਿ ਤੇਰੀ ਬਖਸ਼ਿਸ਼ ਨਾਲ, ਨਜ਼ਰੇ ਇਨਾਇਤ ਨਾਲ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਮੈਂ ਉਸਨੂੰ ਪ੍ਰੇਮ ਕਰ ਸਕਾਂ, ਮੇਰਾ ਮਨ ਉਸਦੇ ਪ੍ਰੇਮ ਵਿੱਚ ਭਿੱਜ ਜਾਵੇ। ਉਹਦਾ ਜੀਵਨ ਸਦਾ ਪ੍ਰਾਰਥਨਾ ਨਾਲ ਜੁੜ ਜਾਂਦਾ, ਅੰਤ ਯਾਦ ਆਵੇ, ਬੇਅੰਤ ਯਾਦ ਆਉਣ ਲੱਗ ਪੈਂਦਾ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦਾ, ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਅਤੇ ਫਿਰ ਐਸੀ ਖੇਡ ਬਣ ਜਾਂਦੀ ਹੈ, ਇਸ ਤਰ੍ਹਾਂ ਦੀ ਜੀਵ ਆਤਮਾ ਨੂੰ ਪ੍ਰੀਤਮ ਪ੍ਰਭੂ ਦੀ ਭਗਤੀ ਦੀ ਰਾਹੀਂ ਕਰਤਾ ਪੁਰਖ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਉਸਦਾ ਦਰਸ਼ਨ ਕਰਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਆਪਣੇ ਅੰਦਰੋਂ ਆਪਣੇ ਆਪ ਨੂੰ ਦੂਰ ਕਰ ਲੈਂਦੀ, ਜੀਵਨ ਵਿਕਾਰ ਰਹਿਤ ਹੋ ਜਾਂਦਾ ਅਤੇ ਨਿਰੰਕਾਰ ਸਹਿਤ ਹੋ ਜਾਂਦਾ, ਹਿਰਦਾ ਪ੍ਰੇਮ ਨਾਲ ਭਰ ਜਾਂਦਾ ਔਰ ਜੀਵਨ ਐਸੀ ਬਰਕਤ ਨਾਲ ਭਰਦਾ ਹੈ। ਮਜ਼ਾਲ ਐਸਾ ਮਨੁੱਖ ਕਿਸੇ ਦਾ ਦਿਲ ਦੁਖਾਉਂਦਾ ਹੋਇਆ ਦਿਖਾਈ ਪੈ ਜਾਏ, ਬਲਕਿ ਦੂਜੇ ਦਾ ਦੁੱਖ ਦੇਖ ਵੀ ਨਹੀਂ ਸਕਦਾ। ਮੈਂ ਅਰਜ਼ ਕਰਨਾ ਚਾਹੁੰਦਾ, ਮਨੁੱਖਾਂ ਦਾ ਦੁੱਖ ਤਾਂ ਕੀ ਦੇਖਣਾ ਹੈ, ਐਸਾ ਮਨੁੱਖ ਪਸ਼ੂ ਪੰਛੀਆਂ ਦਾ ਦੁੱਖ ਵੀ ਨਹੀਂ ਦੇਖ ਸਕਦਾ, ਐਸਾ ਮਨੁੱਖ ਤੇ ਬਨਸਪਤੀ ਨੂੰ ਵੀ ਦੁਖੀ ਨਹੀਂ ਦੇਖ ਸਕਦਾ ਜਿਸਦਾ ਹਿਰਦਾ ਇਹੋ ਜਿਹਾ ਹੋਵੇ। ਉਂਝ ਤਾਂ ਮੈਂ ਅਰਜ਼ ਕਰਾਂ ਆਪਣਾ ਅੰਤ ਯਾਦ ਹੀ ਨਹੀਂ ਹੈ, ਅਤੇ ਤੁਹਾਨੂੰ ਦਿਖਾਈ ਪੈ ਜਾਣਗੇ ਲੋਕ ਮਨੁੱਖਾਂ ਦਾ ਕਤਲ ਕਰਦੇ ਹੋਏ, ਕਤਲੇਆਮ ਕਰਦੇ ਹੋਏ ਦਿਖਾਈ ਪੈ ਜਾਣਗੇ। ਤੁਸੀਂ ਹਿਟਲਰ ਨੂੰ ਦੇਖ ਲਵੋ, ਕਹਿਣਾ ਪਵੇਗਾ ਇਸਦਾ ਹਿਰਦਾ ਦੂਜੇ ਦਾ ਦੁੱਖ ਮਹਿਸੂਸ ਨਹੀਂ ਕਰਦਾ। ਮੌਸੇ ਤੁੰਗ ਨੂੰ ਦੇਖ ਲਵੋ, 2 ਕਰੋੜ ਬੰਦਿਆਂ ਦਾ ਕਤਲ ਕਰਕੇ ਉਸਨੇ ਸਾਡੇ ਨਾਲ ਦਾ ਮੁਲਕ ਹੈ ਚਾਈਨਾ ਕ੍ਰਾਂਤੀ ਲਿਆਂਦੀ। ਇਸੇ ਤਰ੍ਹਾਂ ਨਮਰੂਦ ਨੂੰ ਦੇਖੋ, ਹਰਨਾਕਸ਼ ਨੂੰ ਦੇਖੋ, ਹੋਰ ਇਹੋ ਜਿਹੇ ਬੜੇ ਮਿਲ ਜਾਵਣਗੇ ਜਿਨ੍ਹਾਂ ਨੂੰ ਸਾਹਮਣੇ ਤੜਪਦੇ ਹੋਏ ਮਨੁੱਖ ਦੇਖ ਕੇ ਪ੍ਰਸੰਨਤਾ ਹੁੰਦੀ ਸੀ, ਦੂਜਿਆਂ ਦੇ ਕਤਲ ਕਰਕੇ ਖੁਸ਼ ਹੁੰਦੇ ਸਨ ਔਰ ਕਹਿੰਦੇ ਸਨ ਬੜਾ ਆਨੰਦ ਆ ਰਿਹਾ, ਬੜਾ ਸਵਾਦ ਆ ਰਿਹਾ, ਬੜੀ ਮੌਜ ਮਸਤੀ ਬਣੀ ਹੋਈ ਹੈ। ਅਗਲੇ ਨੂੰ ਤੜਪਦਿਆਂ ਹੋਇਆਂ ਦੇਖ ਕੇ ਖੁਸ਼ ਹੁੰਦੇ ਨੇ। ਅਜੋਕੇ ਸਮੇਂ ਵਿੱਚ ਵੀ ਬੜੇ ਐਸੇ ਮਨੁੱਖ ਮੌਜੂਦ ਨੇ, ਦੂਜੇ ਦਾ ਦੁੱਖ ਮਹਿਸੂਸ ਹੀ ਨਹੀਂ ਆਉਂਦਾ ਅਤੇ ਬਿਨਾਂ ਕਾਰਨ ਦੂਜੇ ਨੂੰ ਦੁੱਖ ਪਹੁੰਚਾਉਂਦੇ ਹੋਏ ਦਿਖਾਈ ਪੈਂਦੇ ਨੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਧਿਆਨ ਪੂਰਵਕ ਸਰਵਣ ਕਰਨਾ, ਜੁੜਿਆ ਹੋਇਆ ਹਿਰਦਾ ਪਸ਼ੂਆਂ ਪੰਛੀਆਂ ਦਾ ਦੁੱਖ ਵੀ ਨਹੀਂ ਦੇਖ ਸਕਦਾ। ਹੁਣੇ ਸਿੰਘ ਸਾਹਿਬ ਜੀ ਨੇ ਅਨਾਊਂਸ ਕੀਤਾ ਗੁਰੂ ਹਰਿ ਰਾਏ ਸਾਹਿਬ ਜੀ ਦਾ,
ਪਾਵਨ ਪ੍ਰਕਾਸ਼ ਦਿਹਾੜਾ 31 ਤਾਰੀਖ ਨੂੰ ਇਸ ਅਸਥਾਨ 'ਤੇ ਸ਼ਾਮਾਂ ਦੇ ਦੀਵਾਨ ਵਿੱਚ ਬੜੇ ਪ੍ਰੇਮ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਬਾਲ ਕਾਲ ਦੀ ਇੱਕ ਗਾਥਾ ਜਗਤ ਪ੍ਰਸਿੱਧ ਹੈ ਅਤੇ ਮੈਂ ਆਪ ਨੂੰ ਸਰਵਣ ਕਰਾ ਦਿੰਦਾ ਸਮੇਂ ਦਾ ਤਕਾਜ਼ਾ ਦੇਖਦਿਆਂ ਹੋਇਆਂ। ਆਪ ਧਿਆਨ ਪੂਰਵਕ ਸਰਵਣ ਕਰਨਾ। ਕੀਰਤਪੁਰ ਦੀ ਗਾਥਾ ਹੈ ਮੇਰੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਨਾਲ ਪ੍ਰੇਮ ਵਿੱਚ ਸਵੇਰੇ ਸੈਰ ਕਰਦੇ ਪਏ ਸਨ ਬਗੀਚੇ ਵਿੱਚ ਅਤੇ ਸੈਰ ਕਰਦਿਆਂ ਕਰਦਿਆਂ ਕਿਉਂਕਿ ਆਪ ਦੀ ਅਵਸਥਾ ਬਾਲਪਨ ਦੀ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਰਗੇ ਇਹਨਾਂ ਦੇ ਕਦਮ ਨਹੀਂ ਹੈਗੇ, ਕੱਦ ਕਾਠ ਉਤਨਾ ਉੱਚਾ ਨਹੀਂ ਹੈਗਾ। ਬਚਪਨ ਵਿੱਚ ਨੇ ਜਿਵੇਂ ਬਾਲਕ ਦਾ ਸਰੀਰ ਹੁੰਦਾ ਹੈ ਨਾਲ ਚੱਲਿਆ ਨਹੀਂ ਜਾਂਦਾ, ਬਾਰ ਬਾਰ ਪਿੱਛੇ ਰਹਿ ਜਾਂਦੇ ਅਤੇ ਆਖਣ ਲੱਗੇ ਗੁਰੂ ਪਿਤਾ ਮੈਂ ਬਾਰ ਬਾਰ ਪਿੱਛੇ ਰਹਿ ਜਾਂਦਾ ਹਾਂ, ਕਿਰਪਾ ਕਰੋ ਮੈਨੂੰ ਨਾਲ ਨਾਲ ਲੈ ਕੇ ਚੱਲੋ। ਅਤੇ ਸਾਹਿਬ ਗੁਰੂ ਹਰਗੋਬਿੰਦ ਮੇਰੀਆਂ ਪੇਰੀਆਂ ਦੇ ਮਾਲਕ ਸਤਿਗੁਰੂ ਸਿੱਖ ਨੂੰ ਅਕਾਲ ਪੁਰਖੀ ਸੱਤਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜਨ ਵਾਲੇ ਸਤਿਗੁਰੂ ਆਖਣ ਲੱਗੇ ਹਰਿਰਾਇ ਜੀ ਸਾਡੇ ਕਦਮਾਂ 'ਤੇ ਕਦਮ ਰੱਖਦੇ ਆਵੋ, ਜਿੱਥੇ ਜਿੱਥੇ ਸਾਡੇ ਚਰਨ ਟਿਕਦੇ ਨੇ ਨਾ ਉੱਥੇ ਉੱਥੇ ਰੱਖਦੇ ਆਵੋ, ਆਪੇ ਦੂਰੀ ਮਿਟ ਜਾਏਗੀ। ਅਤੇ ਗੁਰੂ ਹਰਿਰਾਇ ਸਾਹਿਬ ਬਾਲਪਨ ਵਿੱਚ ਸਲਾਂਗਾਂ ਲਗਾਉਂਦੇ ਹੋਏ ਦੌੜਦੇ ਹੋਏ ਮਹਾਰਾਜ ਦੇ ਨਾਲ ਰਲਣ ਦਾ ਯਤਨ ਕਰ ਰਹੇ ਸਨ ਅਤੇ ਚੱਲਦਿਆਂ ਚੱਲਦਿਆਂ ਆਪ ਜੀ ਦਾ ਚੋਲਾ ਇੱਕ ਫੁੱਲ ਦੀ ਟਹਿਣੀ ਨਾਲ ਫਸ ਗਿਆ। ਫੁੱਲ ਤਾਂ ਨਾਜ਼ੁਕ ਹੁੰਦਾ ਹੀ ਹੈ, ਟੁੱਟ ਗਿਆ। ਉਹ ਫੁੱਲ ਭੁੜਕ ਕੇ ਮਹਾਰਾਜ ਦੇ ਅੱਗੇ ਆ ਗਿਰਿਆ। ਮਨੋ ਫੁੱਲ ਆਪਣਾ ਸੁਭਾਗ ਸਮਝ ਰਿਹਾ ਸੀ ਕਿ ਮੈਂ ਟਹਿਣੀ ਨਾਲੋਂ ਵੱਖ ਤਾਂ ਹੋਣਾ ਹੀ ਸੀ, ਪਰ ਜਗਤ ਗੁਰੂ ਗੁਰੂ ਹਰਿਰਾਇ ਸਾਹਿਬ ਉਹਨਾਂ ਦੇ ਚੋਲੇ ਦਾ ਸਦਕਾ ਮੈਨੂੰ ਉਹਨਾਂ ਦੇ ਹੱਥੋਂ ਵੱਖ ਹੋਣ ਦਾ ਸੁਭਾਗ ਬਣਿਆ ਅਤੇ ਕਿਉਂ ਨਾ ਮੈਂ ਉਹਨਾਂ ਦੇ ਚਰਨਾਂ ਵਿੱਚ ਗਿਰ ਜਾਵਾਂ। ਚੋਲੇ ਨਾਲ ਹਿੱਲ ਕੇ ਮਹਾਰਾਜ ਦੇ ਸਾਹਮਣੇ ਆ ਪਿਆ ਸੀ, ਜਿਵੇਂ ਸਜਦਾ ਕਰਦਾ ਹੋਵੇ, ਜਿਵੇਂ ਮੱਥਾ ਟੇਕਦਾ ਹੋਵੇ। ਸਾਹਿਬ ਨੇ ਹੱਥ ਨਾਲ ਚੁੱਕ ਲਿਆ ਅਤੇ ਦੇਖਿਆ ਫੁੱਲ ਦੀ ਡੁੰਡਲੀ ਵਿੱਚੋਂ ਥੋੜ੍ਹਾ ਜਿਹਾ ਪਾਣੀ ਸਿੰਮਦਾ ਪਿਆ। ਉਹ ਟਹਿਣੀ ਵੀ ਝੁਕੀ ਹੋਈ ਸੀ, ਟੁੱਟ ਗਈ ਸੀ, ਉਸ ਵਿੱਚੋਂ ਵੀ ਪਾਣੀ ਸਿੰਮਦਾ ਪਿਆ ਸੀ। ਇਸ ਦ੍ਰਿਸ਼ ਨੂੰ ਸਤਵੇਂ ਗੁਰੂ ਨਾਨਕ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰਿਰਾਇ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿਰਾਇ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਸਹਿਣ ਨਾ ਕਰ ਸਕੇ ਅਤੇ ਆਪ ਜੀ ਦੇ ਨੇਤਰਾਂ ਤੋਂ ਅਸ਼ਰੂ ਧਾਰਾ ਵਗ ਪਈ, ਮੋਟੇ ਮੋਟੇ ਅਸ਼ਰੂ ਵਗਦੇ ਪਏ ਸਨ ਅਤੇ ਟਹਿਣੀ ਦੇ ਕੋਲ ਬੈਠ ਕੇ ਹੀ ਆਪਣੇ ਹਿਰਦੇ ਦੀ ਵੇਦਨਾ ਪ੍ਰਗਟ ਕਰਦੇ ਸਨ ਅਤੇ ਇਤਨੇ ਨੂੰ ਚੱਕਰ ਪੂਰਾ ਕਰਕੇ ਮੇਰੀਆਂ ਪੀਰੀਆਂ ਦੇ ਮਾਲਕ ਬਾਜਾਂ ਵਾਲੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ ਅਤੇ ਦੇਖਿਆ ਹਰਿਰਾਇ ਜੀ ਬੈਠੇ ਹੋਏ ਔਰ ਬੈਠੇ ਹੀ ਨਹੀਂ ਹੋਏ, ਰੋਂਦੇ ਪਏ ਹਨ। ਭਾਵੇਂ ਅੰਤਰਯਾਮੀ ਨੇ ਸਾਹਿਬ
ਫਿਰ ਵੀ ਕਹਿਣ ਲੱਗੇ, ਹਰ ਰਾਏ ਜੀ ਕੀ ਗੱਲ, ਕੋਈ ਸੱਟ ਲੱਗ ਗਈ ਹੈ, ਗਿਰ ਗਏ ਹੋ? ਆਖਣ ਲੱਗੇ, ਹਾਂ ਗੁਰੂ ਪਿਤਾ, ਵੱਡੀ ਸੱਟ ਹਿਰਦੇ 'ਤੇ ਲੱਗ ਗਈ ਹੈ, ਹਿਰਦਾ ਦੁੱਖ ਨਾਲ ਪੀੜਾ ਨਾਲ ਭਰ ਗਿਆ ਹੈ, ਮੈਂ ਬੜਾ ਗੁਨਾਹ ਕਰ ਬੈਠਾ ਹਾਂ, ਇਹ ਦੇਖੋ ਫੁੱਲ ਟੁੱਟ ਗਿਆ। ਫੁੱਲ ਰੋਂਦਾ ਪਿਆ ਅਤੇ ਟਹਿਣੀ ਮਾਂ ਵੀ ਰੋਂਦੀ ਪਈ ਹੈ, ਸਾਡੇ ਕੋਲੋਂ ਦੇਖਣ ਨਹੀਂ ਆਉਂਦਾ। ਸਾਹਿਬ ਨੇ ਗਲ ਨਾਲ ਲਾ ਲਿਆ ਅਤੇ ਆਖਿਆ, ਇਹੋ ਜਿਹਾ ਜਿਹੜਾ ਹਿਰਦਾ ਹੈ ਉਹੀ ਨਿਰੰਕਾਰ ਤੱਕ ਪਹੁੰਚ ਸਕਦਾ, ਜਿਹੜਾ ਦੂਜੇ ਦਾ ਦੁੱਖ ਦੇ ਕੇ ਦੁਖੀ ਹੁੰਦਾ ਪਰ ਦੂਜੇ ਨੂੰ ਦੁੱਖ ਦੇ ਕੇ ਖੁਸ਼ ਹੁੰਦਾ ਪਿਆ। ਬੜੇ ਸੋਹਣੇ ਦੋ ਬੋਲ ਜਨਾਬ ਸ਼ੇਖ ਸਾਦੀ ਸਾਹਿਬ ਨੇ ਵੀ ਆਖੇ ਨੇ, ਮੈਂ ਆਪਦੇ ਨਜ਼ਰ ਕਰਦਾ। ਇਸਲਾਮ ਜਗਤ ਦੇ ਮਹਾਨ ਰੁਕਨ ਉਹ ਕਹਿੰਦੇ ਨੇ, ਅਗਰ ਕਿਸੇ ਮਨੁੱਖ ਨੇ ਦੇਖਣਾ ਹੋਵੇ ਕਿ ਸੰਸਾਰ 'ਤੇ ਬਦਕਿਸਮਤ ਕੌਣ ਹੈ, ਕਿਸ ਬੰਦੇ ਨੂੰ ਬਦਕਿਸਮਤ ਆਖਿਆ ਜਾ ਸਕਦਾ ਹੈ, ਅਤੇ ਕਹਿੰਦੇ ਨੇ ਉਹੀ ਬੰਦਾ ਸਭ ਤੋਂ ਵੱਡਾ ਬਦਕਿਸਮਤ ਹੈ, ਮੰਦਭਾਗਾ ਹੈ, ਜਿਹੜਾ ਮਨੁੱਖ ਦੂਜਿਆਂ ਦਾ ਦੁੱਖ ਦੇਖ ਕੇ ਖੁਸ਼ ਹੁੰਦਾ ਹੈ। ਬੜੇ ਕੀਮਤੀ ਬੋਲ ਨੇ ਉਸਦੇ ਕਿ ਗਰ ਇਨਸਾਫ ਪੁਰਸ਼ੀ ਬਦ ਅਖਤਰ ਕਸ ਅਸਤ, ਕਿ ਦਰ ਰਾਹਤ ਅਸ ਰੰਜ ਦੀਗਰ ਕਸ ਅਸਤ। ਜਿਹੜਾ ਮਨੁੱਖ ਦੂਜੇ ਦਾ ਦੁੱਖ ਦੇਖ ਕੇ ਦੁਖੀ ਨਹੀਂ ਹੁੰਦਾ ਅਤੇ ਉਲਟਾ ਦੁੱਖ ਦੇਖ ਕੇ ਖੁਸ਼ ਹੁੰਦਾ ਹੈ, ਉਹ ਮਨੁੱਖ ਸਭ ਤੋਂ ਵੱਡਾ ਬਦਕਿਸਮਤ ਹੈ, ਮੰਦਭਾਗਾ ਹੈ, ਪਰਮਾਤਮਾ ਦੀਆਂ ਬਾਰਗਾਹ ਦੀਆਂ ਇਨਾਇਤਾਂ ਤੋਂ ਵਾਂਝਾ ਰਹਿ ਜਾਂਦਾ, ਉਹ ਰਹਿਮਤਾਂ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਲਈ ਹਿਰਦਾ ਇਹੋ ਜਿਹਾ ਬਣ ਜਾਏ ਕਿ ਦੂਜੇ ਦਾ ਸੁੱਖ ਦੇਖ ਕੇ ਪ੍ਰਸੰਨਤਾ ਹੋਵੇ। ਕਈ ਦਫ਼ਾ ਐਸਾ ਹੋ ਜਾਂਦਾ ਮਨੁੱਖ ਆਪਣੇ ਦੁੱਖ ਨਾਲ ਉਤਨਾ ਦੁਖੀ ਨਹੀਂ ਆਉਂਦਾ ਜਿਤਨਾ ਪੜੋਸੀ ਦੇ ਸੁੱਖ ਤੋਂ ਦੁਖੀ ਹੋ ਜਾਂਦਾ। ਬਈ ਹੇ ਭਗਵਾਨ, ਹੇ ਅੱਲਾਹ, ਹੇ ਰਾਮ, ਇਹ ਮਨੁੱਖ ਇੰਨਾ ਸੁਖੀ ਕਿਉਂ ਹੋ ਗਿਆ ਹੈ? ਉਸਦਾ ਸੁੱਖ ਦੇਖ ਕੇ ਦੁੱਖ ਹੋਣ ਵਾਲੇ ਨੂੰ ਅਗਲੇ ਦੇ ਹਿੱਸੇ ਦਾ ਦੁੱਖ ਵੀ ਉਹਦੀ ਝੋਲੀ 'ਚ ਪੈ ਜਾਂਦਾ। ਪਰਮਾਤਮਾ ਕਹਿੰਦਾ, ਲੈ ਜੇ ਤੂੰ ਦੁਖੀ ਹੁੰਦਾ ਹੈ ਤੇ ਜਿਹੜਾ ਇਹਦੇ ਹਿੱਸੇ ਦਾ ਦੁੱਖ ਹੈ ਉਹ ਵੀ ਤੈਨੂੰ ਹੀ ਦੇ ਦਿੰਦਾ, ਤੂੰ ਹੋਰ ਦੁੱਖ ਪਾ ਲੈ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਐਸਾ ਮਨੁੱਖ ਟਿਕ ਕੇ ਆਤਮਕ ਅਵਸਥਾ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਅਤੇ ਕਾਮ ਕ੍ਰੋਧ ਨਾਲੋਂ ਨਾਤਾ ਟੁੱਟ ਜਾਂਦਾ। ਧਨ ਪਾਏ ਭਗਤੀ ਦੇਖ ਪ੍ਰੀਤਮ, ਆਪਣੇ ਪਿਆਰੇ ਪ੍ਰਭੂ ਨੂੰ ਦੇਖ ਕੇ ਜੀਵਨ ਆਨੰਦ ਨਾਲ ਭਰ ਜਾਂਦਾ। ਧਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ, ਦੇਖ ਪਿਰ ਸਾਧਾਰਿਆ। ਐਸੀ ਜੀਵ ਰੂਪੀ ਇਸਤਰੀ, ਪਵਿੱਤਰ ਅਤੇ ਸੋਹਣੇ ਜੀਵਨ ਵਾਲੀ ਉਹ ਜੀਵ ਇਸਤਰੀ ਪ੍ਰਭੂਪਤੀ ਦਾ ਦੀਦਾਰ ਕਰਕੇ, ਉਸਦੇ ਨਾਮ ਨੂੰ ਯਾਦ ਨੂੰ ਹਿਰਦੇ 'ਚ ਵਸਾ ਕੇ ਸਦਾ ਆਪਣਾ ਆਸਰਾ ਬਣਾਈ ਰੱਖਦੀ। ਸਧਾਰਿਆ ਦਾ ਮਤਲਬ ਆਪਣੇ ਜੀਵਨ ਦਾ ਆਸਰਾ ਬਣਾ ਲਿਆ। ਸੱਚ ਨਵੇਲੜੀਏ ਜੋਬਨ ਬਾਲੀ ਰਾਮ, ਹੇ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਵਿਚਾਰਾਂ ਤੋਂ ਬਚੀ ਹੋਈ ਜੀਵ ਇਸਤਰੀ,
ਜਵਾਨੀ ਵਿੱਚ ਵੀ ਭੋਲੇ ਸੁਭਾਅ ਵਾਲੀ ਜਿਹੜੀ ਬੜੀ ਰਹਿੰਦੀ, ਆਪਣਾ ਹੰਕਾਰ ਛੱਡ ਕੇ ਸਦਾ ਨਵੇਲਾਪਨ ਬਣਿਆ ਰਹਿੰਦਾ ਹੈ। ਆਓ ਨਾ ਜਾਓ ਕਹੀਂ ਆਪਣੇ ਸਹਿਨਾਲੀ ਰਾਮ, ਹੋਰ ਮਨ ਨੂੰ ਕਿਧਰੇ ਨਾ ਡੁਲਾ, ਕਿਧਰੇ ਨਾ ਭਟਕਾ, ਸਦਾ ਆਪਣੇ ਪ੍ਰਭੂ ਨਾਲ ਜੁੜਿਆ ਰਹਿ। ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ, ਮਹਾਰਾਜ ਫੁਰਮਾਨ ਕਰਦੇ ਨੇ ਨਾ ਦਾ ਆਖਰੀ ਅਰਥ ਹੈ ਮਾਲਕ ਖਸਮ। ਆਪਣੇ ਪਰਮਾਤਮਾ ਦੇ ਨਾਲ ਮਿਲ ਕੇ ਦਾਸਾ ਭਾਵ ਪ੍ਰਾਪਤ ਕਰਕੇ ਉਸਦੀ ਭਗਤੀ ਨਾਲ ਹਿਰਦਾ ਭਰਿਆ ਰਹਿੰਦਾ, ਉਹਦਾ ਪ੍ਰੇਮ ਪਾਇਆ ਰਹਿੰਦਾ। ਅਗਾਧ ਬੋਧ ਅਖਤ ਕਥੀਐ ਸਹਿਜ ਪ੍ਰਭ ਗੁਣ ਗਾਵੇ। ਜਿਹੜਾ ਅਗਾਧ ਬੋਧ ਹੈ, ਜਿਸ ਦੀ ਕਥਾ ਅਜੋ ਨਹੀਂ ਹੋ ਸਕਦੀ, ਜੋ ਅਖਤ ਹੈ, ਉਸ ਦੇ ਜੀਵਨ ਨਾਲ ਜੁੜ ਕੇ ਉਹਦੇ ਗੁਣ ਗਾਉਂਦਾ ਰਹਿੰਦਾ ਹੈ। ਰਾਮ ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ। ਬੜੇ ਮਹਾਂਬੋਲ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ। ਐਸਾ ਪਰਮਾਤਮਾ ਜਿਹੜਾ ਰਸਾਂ ਦਾ ਸੋਮਾ ਹੈ, ਤਮਾਮ ਰਸਾਂ ਦਾ ਮਾਲਕ ਹੈ, ਪ੍ਰਭੂ ਉਸ ਜੀਵ ਰੂਪੀ ਇਸਤਰੀ ਨੂੰ ਆਪਣੇ ਚਰਨਾਂ 'ਚ ਜੋੜ ਲੈਂਦਾ, ਜੋ ਉਸਦੇ ਸਦਾ ਥਿਰ ਨਾਮ ਵਿੱਚ ਆਪਣਾ ਪਿਆਰ ਬਣਾਈ ਰੱਖਦੀ। ਬੜੇ ਮਹਾਂਬੋਲ ਨੇ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ। ਜਿਸ ਨੂੰ ਗੁਰੂ ਦਾ ਸ਼ਬਦ ਗੁਰੂ ਦੁਆਰਾ ਪ੍ਰਾਪਤ ਹੋ ਜਾਂਦਾ, ਗੁਰੂ ਨੇ ਬਖਸ਼ ਦਿੱਤਾ ਹੈ, ਇਹ ਦਾਨ ਵਿੱਚ ਹੀ ਮਿਲ ਸਕਦਾ, ਮੁੱਲ ਦੇ ਕੇ ਨਹੀਂ ਮਿਲ ਸਕਦਾ। ਐਸੀ ਖੇਡ ਬਣਦੀ ਹੈ, ਉਹਦਾ ਜੀਵਨ ਮਹਾਨ ਵਿਚਾਰਸ਼ੀਲ ਹੋ ਜਾਂਦਾ। ਕਰਮ ਕਰਨ ਤੋਂ ਪਹਿਲੇ ਉਸ ਕਰਮ 'ਤੇ ਵਿਚਾਰ ਕਰਨ ਲੱਗ ਪੈਂਦਾ, ਦਿਨ ਨਿਕਲਣ ਤੋਂ ਪਹਿਲੇ ਵਿਚਾਰ ਕਰਦਾ ਹੈ ਕਿ ਇੱਕ ਦਿਨ ਕਰਤਾ ਪੁਰਖ ਨੇ ਹੋਰ ਦੇ ਦਿੱਤਾ, ਅਤੇ ਉਸ ਜੀਵਨ ਦੇ ਹਰ ਦਿਨ ਨੂੰ ਆਪਣੇ ਕਰਤੇ ਦੇ ਨਾਮ ਨਾਲ ਜੋੜ ਲੈਂਦਾ। ਉਹੀ ਦਿਨ ਸਾਧ ਸੰਗਤ ਸੁਭਾਗਾ ਹੈ ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਜਪਦਿਆਂ ਹੋਇਆ ਪ੍ਰਾਰੰਭ ਹੁੰਦਾ, ਨਿਤਨੇਮ ਕਰਦਿਆਂ ਹੋਇਆ ਪ੍ਰਾਰੰਭ ਹੁੰਦਾ ਹੈ। ਆਪ ਸਾਰੇ ਵਡਭਾਗੇ ਹੋ, ਗੁਰੂ ਬਾਬਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਤੌਫੀਕ ਪ੍ਰਦਾਨ ਕਰਨ, ਜਿਵੇਂ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਕੇ ਜੀਵਨ ਦੇ ਦਿਨ ਦੀ ਸ਼ੁਰੂਆਤ ਹੋਈ ਹੈ, ਬਾਣੀ ਦੀ ਵਿਚਾਰ ਸੁਣਦਿਆਂ ਹੋਇਆਂ, ਗੁਰੂ ਦੀ ਬਾਣੀ ਦਾ ਗਾਇਨ ਸੁਣਦਿਆਂ ਹੋਇਆਂ ਜੀਵਨ ਦੇ ਦਿਨ ਦੀ ਪ੍ਰਾਰੰਭਤਾ ਹੋਈ ਹੈ। ਇਸੇ ਤਰ੍ਹਾਂ ਹਰ ਰੋਜ਼ ਆਉਣ ਵਾਲੇ ਦਿਨਾਂ ਦੀ ਪ੍ਰਾਰੰਭਤਾ ਹੋਵੇ। ਐਸੀ ਖੇਡ ਗੁਰੂ ਬਾਬਾ ਵਰਤਾਵਣ, ਬਾਰੰਬਾਰ ਦਾਸ ਸਾਰੇ ਪ੍ਰਬੰਧਕ ਜਨਾਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਦਾਸ ਨੂੰ ਮਾਣ ਬਖਸ਼ਿਆ, ਔਰ ਖਾਸ ਤੌਰ 'ਤੇ ਦਾਸ ਧੰਨਵਾਦੀ ਰਾਣਾ ਜੀ ਦਾ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਹਨ, ਬੜੇ ਪ੍ਰੇਮ ਨਾਲ ਨਿਵਾਜਦੇ ਹਨ, ਜਿਨ੍ਹਾਂ ਨੇ ਇਹ ਸਮਾਂ ਉਲੀਕਿਆ ਅਤੇ ਦਾਸ ਲੰਬਾ ਸਫ਼ਰ ਕਰਕੇ ਤਕਰੀਬਨ ਰਾਤੀ 1 ਵਜੇ ਪਹੁੰਚਿਆ, ਔਰ ਮਹਾਰਾਜ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ। ਸਰੀਰ ਇਤਨਾ ਥਕਾਵਟ ਵਿੱਚ ਸੀ, ਇਤਨਾ ਫੀਵਰ ਸੀ ਕਿ ਮੇਰੇ ਕੋਲੋਂ ਚੱਲਣ ਵੀ ਨਹੀਂ ਹੋ ਰਿਹਾ ਸੀ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਆਪ ਮਿਹਰ ਕਰਕੇ, ਬਖਸ਼ਿਸ਼ ਕਰਕੇ ਮੈਂ ਅਰਦਾਸ ਕੀਤੀ ਸੀ ਕਿ ਹੇ ਗੁਰੂ ਪਿਤਾ,
ਤੂੰ ਤੇ ਕੋੜੀਆਂ ਦੇ ਕੋੜ ਇੱਥੇ ਠੀਕ ਕਰਦਾ ਰਿਹਾ, ਰੋਗੀਆਂ ਦੇ ਰੋਗ ਇੱਥੇ ਨਿਵਾਰਦਾ ਰਿਹਾ ਹੈ, ਅਤੇ ਸਾਹਿਬਾ ਮੈਨੂੰ ਇਤਨਾ ਕਰ ਦੇ ਕਿ ਮੈਂ ਸਵੇਰੇ ਤੇਰੇ ਦਰ ਦੀ ਹਾਜ਼ਰੀ ਤੋਂ ਵਾਂਝਾ ਨਾ ਰਹਿ ਜਾਵਾਂ। ਸਾਹਿਬ ਨੇ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਨ ਦਾ ਸੁਭਾਗ ਬਖਸ਼ਿਆ ਹੈ ਸਮੂਹ ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ। ਬਾਰ ਬਾਰ ਦਾਸ ਧੰਨਵਾਦੀ ਹੈ ਜਿਨ੍ਹਾਂ ਨੇ ਪ੍ਰੇਮ ਨਾਲ ਨਿਵਾਜਿਆ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ, ਬਾਕੀ ਅਗਲੀ ਵਿਚਾਰ ਕੱਲ੍ਹ ਆਪ ਜੀ ਦੇ ਨਜ਼ਰ ਕਰਾਂਗੇ। ਸਾਰੇ ਜਾਣੇ ਆਪਣੀ ਆਪਣੀ ਝੋਲੀ 'ਚ ਗੁਰੂ ਫਤਿਹ ਦੀ ਦਾਤ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।